हाँ जी, सलाम अलैकुम गाइस। उम्मीद करना कि सारे खैरियत नाल होवणगे ते ठीक ठाक ते खुश बाश होवणगे। अज दा नवी इनफॉर्मेटिव वीडियो लै ते इंशाल्लाह असीं हाज़र होए हां ते इंटरस्टिंग भी होवेगी ते अमेजिंग भी होवेगी ते दिलचस्पी भी होवेगी। अज दा विलॉग है जिहड़ा ओह जी असीं तुहानूं विखावांगे ते असीं आए हां जी 4215L दे विच। ये तुसीं ऐड है जिहड़ा साडा फस्टली वेख सकदे जी, देसी अंडे दस्तियाब हैं जी, बनारस अली दुल्लू और अली इन्होंने जी मोबाइल नंबर लिखे हुए हैं। 4215L दे विच इन्हों का जी मुर्गी का फार्म है ते आओ उन्हें कोल पुछने हैं जी कि किस्म दियाँ मुर्गियाँ रखी हुई ने। ये तुसी जनाब देख सकते जी बनारस ते अली दोवां दा नंबर है जिहड़ा ओह अवेजा किया गया इश्तिहार ते इश्तिहार स्पैशली उन्होंने लाए गए देसी अंडे ने जिहड़े मतलब कि तुसी इत्थों सस्ते दामन खरीद सकते जी। जिहड़े नाल दे पिंड ने वो इस नंबर पर राबता करना तो इंशाल्लाह दोनों मुनासिब रेट पर देसी अंडे भी मिल जाएंगे। ठीक है, आओ दोनों ने ना मुलाकात करवाने। लो जी जा रहे हैं असी। ये जिन्हों का डेटा है सलाम अलैकुम जी। और बनारस वाले की हाल चाल है ਕਿਵੇਂ ਬਹਿ ਰਹੇ ਜੇ? ਆ ਮੁਰਗੀਆਂ ਦਾ ਯਾਰ ਅਸੀਂ ਅੱਜ ਆਖਿਆ ਸ਼ਾਰਟ ਵਲੌਗ ਬਣਾ ਲਈਏ ਤੁਹਾਡੇ ਡੇਰੇ 'ਤੇ ਆਏ ਹਾਂ ਜੀ ਜੀ ਭਾਈ ਜਾਨ। ਸਾਨੂੰ ਚੈੱਕ ਕਰਵਾਓ ਵੀ ਕਿਹੜੇ ਕਿਸਮ ਦੀਆਂ ਮੁਰਗੀਆਂ ਰੱਖੀਆਂ ਹੋਈਆਂ ਨੇ ਅਤੇ ਆਪਣੇ ਕਦੋਂ ਦਾ ਤੁਸੀਂ ਫਾਰਮ ਸ਼ੁਰੂ ਕੀਤਾ? ਬਾਈ ਜਾਨ ਹੋ ਗਏ 6 ਮਾਹ ਹੋ ਗਏ ਜੀ। ਅੱਛਾ 6 ਮਹੀਨੇ ਹੋ ਗਏ ਨੇ ਜੀ। ਠੀਕ ਹੈ। ਹਾਂਜੀ, ਆ ਗੋਲਡਨ ਮਿਸਤਰੀ ਮੁਰਗੀ ਹੈ ਜੀ, ਅੰਡਿਆਂ 'ਤੇ ਬਿਲਕੁਲ ਤਿਆਰ ਹੈ। ਹਾਂਜੀ, ਆ ਅੰਦਰ ਹੀ ਹਨ, ਬਾਹਰ ਹੀ ਆ ਕਾਫੀ ਜ਼ਿਆਦਾ ਨਾ। ਅੱਛਾ ਜੀ, ਇਹ ਨਾਜ਼ਰੀਨ ਤੁਸੀਂ ਵੇਖ ਸਕਦੇ ਜੇ ਮੁਖਤਲਿਫ ਕਿਸਮਾਂ ਦੀਆਂ ਨੇ ਅਤੇ ਜਿਹਦੇ ਵਿੱਚ ਮੁਰਗੇ ਵੀ ਸ਼ਾਮਿਲ ਨੇ। ਮੁਰਗੇ ਕਿਤਨੇ ਕੁ ਨੇ ਜੀ ਤੁਹਾਡੇ ਕੋਲ ਇਹਦੇ ਵਿੱਚ? 5-6 ਹੈ ਜੀ ਅਤੇ 100 ਮੁਰਗੀ ਇਸ ਟਾਈਮ ਤਿਆਰ ਆ ਜੀ। ਇਹ ਕਿਤਨੇ ਦਿਨ ਹੋ ਗਏ ਨੇ ਕਾਰੋਬਾਰ ਸ਼ੁਰੂ ਕੀਤੇ ਨੇ ਤੁਹਾਡਾ? ਹੋ ਗਏ ਜੀ 6 ਮਾਹ ਹੋ ਗਏ ਜੀ। 6 ਮਹੀਨੇ ਹੋ ਗਏ ਨੇ ਜੀ। ਇਹਨਾਂ ਦੀ ਫੀਡ ਵਗੈਰਾ ਕੀ ਹੈ ਜੀ? ਫੀਡ ਦੇਸੀ ਖੁਰਾਕ ਪਾ ਰਹੇ ਹਾਂ ਬਿਲਕੁਲ ਜੀ। ਠੀਕ ਹੈ, ਕਈ ਕਣਕ ਅਤੇ ਬਾਜਰਾ। ਅੱਛਾ, ਹਾਂਜੀ। ਅਤੇ ਇਹ ਆਪਣੇ ਦੇਸੀ ਆਂਡੇ ਅਗਰ ਤੁਹਾਡੇ ਨਾਲ ਕੋਈ ਕਨੈਕਟ ਕਰਕੇ ਲੈਣਾ ਚਾਹੇ? ਨਹੀਂ, ਫਿਲਹਾਲ ਤਿਆਰ ਹੈ, ਨਾਲ ਹੀ ਲਾ ਰਹੀਆਂ, ਕੁਛ ਵੇਚਣਾ, ਕੋਈ 40-50 ਲਾ ਰਹੀਆਂ। ਠੀਕ ਹੈ, ਨਾਲ ਦੇ ਪਿੰਡਾਂ 'ਚ ਅਗਰ ਕੋਈ ਆਂਡੇ ਲੈਣਾ ਚਾਹੇ ਤਾਂ ਤੁਹਾਡੇ ਨੰਬਰ 'ਤੇ ਰਾਬਤਾ ਕਰ ਸਕਦਾ? ਜੀ, ਕਰ ਸਕਦਾ ਰਾਬਤਾ, ਕੋਈ ਮਸਲਾ ਨਹੀਂ। ਮੁਨਾਸਿਬ ਕੀਮਤ 'ਤੇ ਦਿੰਦੇ ਜੀ? ਠੀਕ ਹੈ। ਇਹ ਨਾਜ਼ਰੀਨ ਤੁਸੀਂ ਵੇਖ ਸਕਦੇ ਜੀ ਮਾਰ ਬਨਾਰਸ ਅਲੀ ਦੁੱਲੂ ਦੇ ਡੇਰੇ 'ਤੇ ਆਏ ਹਾਂ ਅਸੀਂ ਅਤੇ ਮਿਸ਼ਰੀ ਨੇ ਅਤੇ ਦੇਸੀ ਵੀ ਨੇ? ਜੀ, ਮਿਸਰੀ ਹੈ ਅਤੇ ਦੇਸੀ ਹੈ ਜੀ, ਬਿਲਕੁਲ। ਠੀਕ ਹੈ, ਇਹ ਜੀ ਮਿਸ਼ਰੀ ਵੀ ਨੇ ਅਤੇ ਦੇਸੀ ਵੀ ਨੇ। ਅਤੇ ਇਹ ਪਾਣੀ ਪੂਣੀ ਕਿਤਨੀ ਮਰਤਬਾ ਜੀ ਪੀਂਦੀਆਂ ਨੇ ਮੁਰਗੀਆਂ? ਪਾਣੀ ਬਿਲਕੁਲ ਖੁੱਲ੍ਹਾ ਨਿਜ਼ਾਮ ਕੀਤਾ ਹੋਇਆ। ਠੀਕ ਹੈ, ਉੱਧਰ ਚੈੱਕ ਕਰਾ ਸਕਦੇ। ਆਓ ਜੀ, ਇਹ ਮੁਰਗੇ ਨੇ ਜੀ ਮਿਸ਼ਰੀ। ਇਹ ਵੇਖੋ ਜੀ ਪਾਣੀ ਪੀ ਰਹੀਆਂ ਨੇ, ਇੱਥੇ ਖੁੱਲ੍ਹਾ ਨਿਜ਼ਾਮ ਹੈ, ਆਲਾ ਕਿਸਮ ਦੀ ਜੀ ਇਹਨਾਂ ਨੂੰ ਫੀਡਿੰਗ ਇੱਥੇ ਦਿੱਤੀ ਜਾ ਰਹੀ ਹੈ। ਮਾਰ ਸਾਹਿਬ, ਸਾਨੂੰ ਇਹ ਦੱਸੋ ਸਰਦੀ ਹੈਗੀ ਹੈ ਅਤੇ ਇਹਨਾਂ ਨੂੰ ਆਪਣੇ ਬਿਮਾਰੀ ਵਗੈਰਾ ਤਾਂ ਨਹੀਂ ਕੋਈ ਲੱਗਦੀ? ਜੀ ਲੱਗਦੀ ਹੈ, ਵੈਕਸੀਨ ਕਰਨੀ ਪੈਂਦੀ ਹਰ ਮਹੀਨੇ ਬਾਅਦ ਜੀ। ਹਰ ਮਹੀਨੇ ਜੀ? ਉਹਦੇ 'ਤੇ ਕਿਤਨਾ ਕੁ ਖਰਚਾ ਆਉਂਦਾ ਫਿਰ ਤੁਹਾਡਾ? ਉਸ 'ਤੇ ਤਾਂ 1000-1 ਰੁਪਈਆ ਆ ਜਾਂਦਾ ਖਰਚਾ ਜੀ। ਠੀਕ ਹੈ, 1000 ਰੁਪਇਆ ਆਉਂਦਾ ਜੀ, 1000-1 ਰੁਪਈਆ। ਹੋਰ ਬਿਮਾਰੀ ਤਾਂ ਨਹੀਂ ਕੋਈ ਆਉਂਦੀ ਇਸ ਤੋਂ ਇਲਾਵਾ? ਤਾਂ ਫਿਲਹਾਲ ਨਹੀਂ ਆਉਂਦੀ ਜੀ। ਠੀਕ ਹੈ, ਅਤੇ ਹੁਣ ਮਰੀ ਮੁਰੀ ਤਾਂ ਕੋਈ ਨਹੀਂ ਇਹਨਾਂ ਵਿੱਚੋਂ ਕੋਈ ਮੁਰਗੀ? ਪਹਿਲਾਂ ਕੁਛ ਮਰੀਆਂ ਸੀ, 3-3 100 ਪਾਏ ਸੀ ਸਾਰੀ ਮੁਰਗੀ ਜੀ, ਉਹਦੇ 'ਚੋਂ 150-150 ਤਿਆਰ ਹੋ ਗਈ ਹੈ ਬਿਲਕੁਲ ਜੀ। ਠੀਕ ਹੈ, ਹਾਂਜੀ, 100 ਕੇ ਵਿੱਚ ਮੁਰਗਾ ਸੀ ਉਹ ਦੇ ਦਿੱਤਾ ਜੀ, ਵੇਚ ਛੱਡਿਆ ਜੀ, ਅਤੇ ਬਾਕੀ ਫਿਲਹਾਲ ਗੋਲਡਨ ਮਿਸਤਰੀ ਜਿਹੜਾ ਨਾ ਤਿਆਰ ਹੈ ਆਪਣੇ ਕੋਲ ਮੁਰਗੀ ਬਿਲਕੁਲ। ਇਹ ਮੁਰਗੀ ਜਿਹੜੀ ਫਾਰਮ ਬਣਾਇਆ ਤੁਸੀਂ ਇਹਦਾ ਕਿਤਨਾ ਕੁ ਫਾਇਦਾ? ਇਹਦਾ ਕਾਫੀ ਜ਼ਿਆਦਾ ਫਾਇਦਾ ਹੈ, ਕਿਉਂਕਿ ਜਿਤਨੇ ਕੁ ਮਹੀਨੇ ਉੱਤੇ ਕੀਮਤ ਲਾਈ ਸੀ ਉਤਨੇ ਕੁ ਮੁਰਗੇ ਦੇ ਗਏ ਜੀ, ਬਾਕੀ ਸਾਰੀ ਬੱਚਾ 'ਤੇ ਜੀ। ਠੀਕ ਹੈ, ਬੱਚਾ 'ਤੇ ਤੇਰੇ ਕੋਲ? ਹਾਂਜੀ, ਇਹ ਬੱਚਾ 'ਤੇ ਮੇਰੇ ਕੋਲ। ਹੋਰ ਤੁਹਾਡੀ ਪਲੈਨਿੰਗ ਹੈਗੀ ਅਗਰ ਕੋਈ ਵੱਡਾ ਫਾਰਮ ਬਣਾਉਣ ਦੀ? ਕਾਫੀ ਵੱਡਾ ਬਣਾਵਾਂ, ਘੱਟ ਤੋਂ ਘੱਟ 1000 ਪਾਵਾਂਗੇ ਮੁਰਗੀ ਜੀ। 1000 ਮੁਰਗੀ ਜੀ? ਇਹ ਜੀ ਕਿੱਥੋਂ ਲਿਆਏ ਸੀ ਤੁਸੀਂ, ਕਿਹੜੇ ਇਲਾਕੇ 'ਚੋਂ ਲਿਆਏ? ਲਿਆਏ ਸੀ ਕੱਚੇ ਖੂਹ ਜੀ, ਫਾਰਮ ਤੋਂ। ਠੀਕ ਹੈ, ਕਿੰਨੇ ਕਿੰਨੇ ਦਿਨ ਦੇ ਸੀ ਇਹ ਬੱਚੇ ਜੀ ਉਦੋਂ ਮੁਰਗੀਆਂ? 40 ਦਿਨ ਦੇ ਸੀ ਜਿਸ ਮੈਂ ਲੈ ਕੇ ਆਏ ਸੀ ਜੀ। ਠੀਕ ਹੈ ਨਾਜ਼ਰੀਨ, ਇਹ ਸ਼ੋਰਟ ਵਲੌਗ ਅਸੀਂ ਜਿਹੜਾ ਕਾਸਟ ਕੀਤਾ ਅੱਜ ਮਾਰ ਬਨਾਰਸ ਅਲੀ ਦੇ ਨਾਲ, ਅਤੇ ਬਹੁਤ ਹੀ ਅੱਛਾ ਰੁਜ਼ਗਾਰ ਹੈ। ਅਗਰ ਤੁਸੀਂ ਵੀ ਚਾਹੁੰਦੇ ਕਿ ਮਤਲਬ ਕਿ ਕਾਰੋਬਾਰ ਸਟਾਰਟ ਕੀਤਾ ਜਾਵੇ ਤਾਂ ਬਹੁਤ ਕਮ ਪੈਸੇ ਨਾਲ ਸ਼ੁਰੂ ਹੋ ਸਕਦਾ,
ਤੇ ਮਾਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ। ਸਾਡਾ ਜਿਹੜਾ ਚੈਨਲ ਇਨਸ਼ਾਅੱਲਾ GMDR ਤੇ ਅਸੀਂ ਅਪਲੋਡ ਕਰਾਂਗੇ ਤੁਹਾਡੀ ਵੀਡੀਓ। ਬਹੁਤ ਸ਼ੁਕਰੀਆ, ਥੈਂਕ ਯੂ।